ਭਾਰਤ ਦੇ ਲੋਕ ਬੜੇ ਪੁੰਨੀ ਦਾਨੀ ਅਖਵਾਉਂਦੇ ਨੇ, ਪਰ ਸੇਵਾ ਤੇ ਸਿਮਰਨ ਇਸ ਧਰਤੀ ਤੇ ਬਹੁਤ ਹੁੰਦਾ ਹੈ। ਅੱਜ ਇੱਕ ਭਰੂਣ ਹੱਤਿਆ ਵਰਗੀ ਅਲਾਮਤ ਨੇ ਦੁਨੀਆ ਨੂੰ ਡੰਗ ਲਿਆ ਹੈ, ਜਿਹਦੀਆਂ ਡੰਗੀਆਂ ਹੋਈਆਂ ਮਾਵਾਂ ਦੀਆਂ ਕੁੱਖਾਂ ਵਿੱਚੋਂ ਧੀਆਂ ਕਹਿ ਰਹੀਆਂ ਹਨ ਕਿ ਨੀ ਅੰਮੀਆਂ ਸਾਨੂੰ ਵੀ ਜਹਾਨ ਦੇਖ ਲੈਣ ਦੇ। ਪਰ ਧੀ ਦਾ ਤਰਲਾ ਅੱਜ ਤੱਕ ਕਿਸੇ ਨੇ ਨਹੀਂ ਸੁਣਿਆ। ਧੀਆਂ ਮਾਂ ਬਾਪ ਦਾ ਦੁੱਖ ਵਡਾਉਂਦੀਆਂ ਹਨ, ਦੁੱਖ ਸੁੱਖ ਦੀ ਸਾਂਝ ਪਾਉਂਦੀਆਂ ਹਨ। ਧੀਆਂ ਹਮੇਸ਼ਾ ਦਰਦਮੰਦ ਹੁੰਦੀਆਂ ਹਨ। ਧੀਆਂ ਵਾਲਿਓ ਮਾਰ ਕੇ ਨਜ਼ਰ ਵੇਖੋ, ਧੀਆਂ ਦੇਸ਼ ਨੂੰ ਸਦਾ ਚਲਾਉਂਦੀਆਂ ਨੇ। ਜੇਕਰ ਦੂਰ ਤੱਕ ਨਜ਼ਰ ਮਾਰ ਵੇਖੋ, ਕਲਪਨਾ ਚਾਵਲਾ ਵਾਂਗ ਰਸ਼ਨਾਉਂਦੀਆਂ ਨੇ। ਪੜ੍ਹ ਲਿਖ ਕੇ ਇਸ ਜਹਾਨ ਅੰਦਰ ਰੁਤਬਾ ਉੱਚੇ ਤੋਂ ਉੱਚਾ ਪਾਉਂਦੀਆਂ ਨੇ। ਕੁੱਖ ਵਿੱਚ ਨਾ ਧੀਆਂ ਨੂੰ ਕਤਲ ਕਰੋ, ਇਹ ਤਾਂ ਜੱਗ ਵਿੱਚ ਸਾਂਝਾ ਪਾਉਂਦੀਆਂ ਨੇ। ਕਿਤੇ ਮਾਂ ਤ੍ਰਿਪਤਾ, ਕਿਤੇ ਮਾਂ ਕਿਤੇ ਭਾਗੋ ਵਾਂਗ ਲੜ ਵਿਖਾਉਂਦੀਆਂ ਨੇ। ਡਾਕਟਰ ਬਲਵਿੰਦਰ ਸਿੰਘ ਔਕਸੀ ਦੀ ਕਲਮ ਤੋਂ ਲਿਖੀਆਂ ਲਾਈਨਾਂ, ਸਿਕੰਦਰ ਸਿੰਘ ਲਹਾਰੇ ਦਾ ਢਾਡੀ ਜੱਥਾ, ਸਾਥੀ ਸੰਦੀਪ ਸਿੰਘ ਲਹਾਰਾ, ਨਿਰਭੈ ਸਿੰਘ ਨੂਰ, ਸਰੰਗੀ ਮਾਸਟਰ ਰਣਜੀਤ ਸਿੰਘ ਲੱਖਾ ਹੈ, ਇਉਂ ਕਹਿ ਰਹੇ ਹਨ। ਆ
ਅੱਜ ਦੇ ਮਾਪੇ ਕਾਤਲ ਬਣ ਗਏ, ਨਿੱਕੀਆਂ ਨਿੱਕੀਆਂ ਜਾਨਾਂ ਦੇ। ਅੱਜ ਦੇ ਮਾਪੇ ਵੈਰੀ ਬਣ ਗਏ, ਨੰਨੀਆਂ ਮੁੰਨੀਆਂ ਜਾਨਾਂ ਦੇ। ਮਾਪੇ ਕਾਤਲ ਬਣ